ਸਿੱਧੂ ਹਸਪਤਾਲ ਦੋਰਾਹਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਫਲਤਾਪੂਰਵਕ ਇਲਾਜ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਇਲਾਕਾ ਨਿਵਾਸੀਆਂ ਨੂੰ ਪ੍ਰਦਾਨ ਕਰ ਰਿਹਾ ਹੈ ਜਿੱਥੇ ਕਿ ਗਰੀਬ ਪਰਿਵਾਰਾਂ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾਉਣ ਲਈ ਸਮੇਂ ਸਮੇਂ 'ਤੇ ਫ੍ਰੀ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਦੇ ਚੱਲਦੇ ਬੀਤੇ ਦਿਨੀ ਸਿੱਧੂ ਹਸਪਤਾਲ ਦੋਰਾਹਾ ਵਿਖੇ ਹੱਡੀਆਂ ਅਤੇ ਚੂਲੇ ਬਦਲਣ ਦੇ ਕੈਂਪ ਦਾ ਉਦਘਾਟਨ ਮਿਤੀ 13 ਨਵੰਬਰ 2017 ਨੂੰ ਕੀਤਾ ਗਿਆ। ਜ਼ਿਕਰਯੋਗ ਗੱਲ ਇਹ ਹੈ ਕਿ ਸਿੱਧੂ ਹਸਪਤਾਲ ਇਸ ਕੈਂਪ ਦੁਆਰਾ ਲਗਾਤਾਰ 1 ਮਹੀਨਾ ਆਪਣੇ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ। ਇਸ ਕੈਂਪ ਦੌਰਾਨ ਡਾਕਟਰ ਰਵਿੰਦਰ ਸਿੰਘ ਸਿੱਧੂ ਦੁਪਹਿਰ 1 ਵਜੇ ਤੱਕ ਮਰੀਜ਼ਾਂ ਦਾ ਚੈੱਕਅਪ ਕਰਨਗੇ ਜਿਸ ਦਾ ਕਿ ਅਨੇਕਾਂ ਹੀ ਮਰੀਜ਼ ਲਾਭ ਉਠਾ ਚੁੱਕੇ ਹਨ ਅਤੇ ਆਪਣੇ ਗੋਡੇ ਜਾਂ ਚੁੱਲ੍ਹੇ ਬਦਲਵਾ ਕੇ ਆਪਣੇ ਦਰਦ ਨਾਲ ਪਰੇਸ਼ਾਨੀ ਤੋਂ ਮੁਕਤ ਹੋ ਚੁੱਕੇ ਹਨ। ਸਾਡੀ ਟੀਮ ਨੇ ਇਸ ਦਾ ਦੌਰਾ ਕੀਤਾ। ਪੇਸ਼ ਹੈ ਪੰਜਾਬ ਪ੍ਰੈਸ ਦੀ ਟੀਮ ਵੱਲੋਂ ਇੱਕ ਰਿਪੋਰਟ। ਠੀਕ ਹੈ, ਮੁੜ ਜਾਓ ਪਿੱਛੇ ਨੂੰ। ਬਹੁਤ ਵਧੀਆ, ਦੂਜੀ ਵਾਲੀ ਵੀ ਕਰੋ, ਇਹਨੂੰ ਥੱਲੇ ਲੈ ਲਓ। ਹਾਂ, ਗੋਡੇ ਸਿੱਧੇ ਕਰੋ ਬਾਪੂ ਜੀ, ਦੂਜਾ ਵੀ ਸਿੱਧਾ ਕਰੋ। ਠੀਕ ਹੈ, ਕੁਰਸੀ ਤੋਂ ਉੱਠ ਕੇ ਦਿਖਾਓ। ਠੀਕ, ਵਾਪਸ ਆਓ ਜੀ, ਉੱਥੇ ਬਹਿ ਜਾਓ, ਉੱਥੇ ਬਹਿ ਜਾਓ। Mind. Implants made from this exclusive material offer the biocompatibility, durability, strength, and corrosion resistance that today's Hakan. Oxinium implants are designed to be more durable than devices made of conventional metallic materials. Like your natural joints, knee and hip implants can wear down over time. Because of its hard ceramic surface, this concern is greatly reduced with Oxinium implants. Plus, this unique material resists roughening and maintains its smooth surface better than other materials. Its lower coefficient of friction indicates Oxinium is less likely to wear down the plastic components. Moreover, likely due to this, Oxinium alloy has been shown to lead to a more rapid recovery of flexion on a daily basis for patients. Next, Oxinium implants are strong. As two of the largest joints in the body, our knees and hips are subjected to tremendous pressures even during routine, everyday activities. For example, the weight pressing against these joints during a simple walk can be 5 to 6 times your natural body weight. Because Oxinium implants are metal, they can easily withstand forces far greater than these.
ਸ੍ਰੀਕਾਲ ਜੀ, ਨਮਸਕਾਰ। ਹਰ ਸਾਲ ਦੀ ਤਰ੍ਹਾਂ ਸਿੱਧੂ ਹੌਸਪੀਟਲ ਦੁਰਾਹਾ ਵਿੱਚ ਅਸੀਂ ਇੱਕ ਵਾਰ ਫਿਰ ਜੋੜਾਂ ਦੀ ਸੰਭਾਲ ਵਾਸਤੇ ਇੱਕ ਸੈਮੀਨਾਰ ਅਤੇ ਇੱਕ ਪੂਰੇ ਮਹੀਨੇ ਦਾ 13 ਨਵੰਬਰ ਤੋਂ ਲੈ ਕੇ 13 ਦਸੰਬਰ ਤੱਕ ਇੱਕ ਜੋੜਾਂ ਦੇ ਸੰਭਾਲ ਵਾਸਤੇ ਇੱਕ ਚੈੱਕਅਪ ਕੈਂਪ ਲਾਇਆ ਹੋਇਆ ਹੈਗਾ, ਜਿਸ 'ਚ ਅਸੀਂ ਮਰੀਜ਼ਾਂ ਨੂੰ ਆਪਣੇ ਜੋੜਾਂ ਦੀ ਸੰਭਾਲ ਵਾਸਤੇ, ਉਹਨਾਂ ਦੀਆਂ ਬਿਮਾਰੀਆਂ ਵਾਸਤੇ, ਉਹਨਾਂ ਦੇ ਇਲਾਜ ਵਾਸਤੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ। ਸਭ ਤੋਂ ਪਹਿਲਾਂ ਮੈਂ ਇੱਕ ਗੋਡੇ ਦੇ ਜੋੜ ਬਾਰੇ ਦੱਸਣਾ ਚਾਹੂੰਗਾ, ਜਿਹਦੇ ਵਿੱਚ ਗੋਡੇ ਦਾ ਜੋੜ ਮੇਨਲੀ 3 ਹੱਡੀਆਂ ਦਾ ਬਣਿਆ ਹੁੰਦਾ ਹੈ, ਉੱਪਰਲੀ ਹੱਡੀ ਫੀਮਰ, ਥੱਲੇ ਟਿਬੀਆ ਅਤੇ ਪੈਟਲਾ। ਟਾਈਮ ਨਾਲ ਜਾਂ ਕਿਸੇ ਬਿਮਾਰੀ ਕਰਕੇ ਇਹ ਜੋੜ ਘਸਣਾ ਸ਼ੁਰੂ ਹੋ ਜਾਂਦਾ ਹੈਗਾ। ਬਿਮਾਰੀ ਦੇ ਸ਼ੁਰੂਆਤ ਵਿੱਚ ਅਸੀਂ ਇਹਨਾਂ ਨੂੰ ਮੈਡੀਸਨਸ ਨਾਲ, ਵਰਜਿਸ਼ ਨਾਲ, ਫਿਜ਼ੀਓਥਰੈਪੀ ਨਾਲ ਕਾਫੀ ਹੱਦ ਤੱਕ ਆਰਾਮ ਦਵਾ ਸਕਦੇ ਹੈਗੇ ਹਾਂ, ਪਰ ਜਿਉਂ ਜਿਉਂ ਟਾਈਮ ਵੱਧ ਜਾਂਦਾ ਹੈਗਾ ਆ, ਜੋੜ ਜ਼ਿਆਦਾ ਘੱਸ ਜਾਂਦਾ ਹੈਗਾ ਆ, ਉਹਦੇ ਵਿੱਚ ਫਿਰ ਇਹ ਬਿਮਾਰੀਆਂ ਵੱਧ ਜਾਂਦੀਆਂ ਹੈਗੀਆਂ ਨੇ ਅਤੇ ਮੈਡੀਸਨ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ। ਫਿਰ ਸਾਨੂੰ ਇਸ ਵਿੱਚ ਜਾਂ ਦੂਰਬੀਨ ਨਾਲ ਜਾਂ ਫਿਰ ਫਾਈਨਲੀ ਜੋੜ ਨੂੰ ਰਿਪਲੇਸ ਕਰਨਾ ਪੈਂਦਾ ਹੈ, ਜਿਹਨੂੰ ਅਸੀਂ ਜੁਆਇੰਟ ਰਿਪਲੇਸਮੈਂਟ ਜਾਂ ਜੋੜ ਬਦਲੀ ਕਰਨਾ ਕਹਿੰਦੇ ਹੈਗੇ ਹਾਂ। ਉਹ 'ਚ ਅਸੀਂ ਕੀ ਕਰਦੇ ਹੈਗੇ ਹਾਂ ਕਿ ਅਸੀਂ ਜੋੜ ਦੇ ਵਿੱਚੋਂ ਜਿਹੜੀ ਖਰਾਬ ਚੀਜ਼ ਹੈਗੀ ਹੈ ਉਹਨੂੰ ਕੱਢ ਦਿੰਦੇ ਹੈਗੇ ਹਾਂ ਅਤੇ ਇੱਕ ਨਵੀਂ ਚੀਜ਼ ਜਿਹਨੂੰ ਅਸੀਂ ਨਵਾਂ ਜੋੜ ਕਹਿੰਦੇ ਹੈਗੇ ਹਾਂ ਉਹ ਪਾ ਦਿੰਦੇ ਹੈਗੇ ਹਾਂ। ਉਹਦੇ ਵਿੱਚ ਉੱਪਰਲੇ ਪਾਸੇ ਇੱਕ ਮੈਟਲ ਦਾ ਪਾਰਟ ਹੁੰਦਾ ਹੈ, ਇੱਕ ਥੱਲੇ ਮੈਟਲ ਦਾ ਪਾਰਟ ਹੁੰਦਾ ਹੈ ਅਤੇ ਵਿਚਕਾਰ ਪਲਾਸਟਿਕ ਹੁੰਦੀ ਹੈ, ਜਿਹੜਾ ਕਿ ਇੱਕ ਦੂਜੇ ਉੱਪਰ ਇਸ ਤਰ੍ਹਾਂ ਘੁੰਮਦੇ ਹੈਗੇ ਨੇ। ਪੇਸ਼ੈਂਟ ਦੀ, ਮਰੀਜ਼ ਦੀ ਜਿਹੜੀ ਦਰਦ ਹੈਗੀ ਆ ਇਹ ਬਿਲਕੁਲ ਠੀਕ ਹੋ ਜਾਂਦੀ ਹੈਗੀ ਆ ਅਤੇ ਜੋੜ ਉਹਨਾਂ ਦਾ ਹਿੱਲਣਾ ਸ਼ੁਰੂ ਹੋ ਜਾਂਦਾ ਹੈਗਾ ਆ। ਕਈ ਵਾਰ ਤਾਂ ਪੇਸ਼ੈਂਟ ਦਾ ਜੋੜ ਪੂਰਾ ਹੀ ਜਿਵੇਂ ਪਹਿਲੇ ਸੀਗਾ ਉਹਨਾਂ ਹੋ ਜਾਂਦਾ ਹੈਗਾ ਆ, ਕਿਵੇਂ ਉਸ ਤੋਂ ਵੀ ਬੈਟਰ ਹੋ ਜਾਂਦਾ ਹੈਗਾ ਆ। ਤੋ ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਗੋਡੇ ਬਾਰੇ ਦੱਸਿਆ ਹੈਗਾ ਆ, ਉਸੇ ਤਰ੍ਹਾਂ ਚੂੜੇ ਜੋੜ ਵਾਸਤੇ ਵੀ ਅਸੀਂ ਪੇਸ਼ੈਂਟਸ ਨੂੰ, ਮਰੀਜ਼ਾਂ ਨੂੰ ਸਮਝਾ ਰਹੇ ਹੈਗੇ ਹਾਂ ਕਿ ਜਿਹੜਾ ਚੂੜਾ ਜੋੜ ਹੁੰਦਾ ਹੈਗਾ ਉਹ ਮੇਨਲੀ 2 ਹੱਡੀਆਂ ਦਾ ਬਣਿਆ ਹੁੰਦਾ ਆ, ਪੈਲਵਸ ਦੀ ਹੱਡੀ ਅਤੇ ਥੱਲੇ ਪੱਟ ਦੀ ਹੱਡੀ ਦੇ ਵਿਚਕਾਰ ਇਹਦੇ 'ਚ ਇੱਕ ਜੋੜ ਹੁੰਦਾ ਹੈਗਾ। ਜਦੋਂ ਪੇਸ਼ੈਂਟ ਦੇ ਸੱਟ ਲੱਗ ਜਾਂਦੀ ਹੈ ਕਿਸੇ ਮਰੀਜ਼ ਦੇ ਜਾਂ ਕਿਸੇ ਬਿਮਾਰੀ ਕਰਕੇ ਜੋੜ ਘੱਸ ਜਾਂਦਾ ਹੈਗਾ ਆ, ਉਸ ਵਿੱਚ ਸਾਨੂੰ ਇੱਕ ਜਿੱਥੇ ਕੱਪ ਹੁੰਦਾ ਹੈਗਾ ਆ ਕੱਪ ਬਦਲਣਾ ਪੈਂਦਾ ਹੈਗਾ ਆ, ਅਤੇ ਨਾਲ ਜਿਹੜਾ ਅੰਦਰੋਂ ਸਟੈਮ ਹੁੰਦਾ ਹੈਗਾ ਉਹ ਸਟੈਮ ਵੀ ਚੇਂਜ ਕਰਨਾ ਪੈਂਦਾ ਹੈ। ਸਟੈਮ ਦੇ ਉੱਪਰ ਇੱਕ ਕੱਪ ਹੁੰਦਾ ਹੈ, ਉਹਦੇ 'ਚ ਉਹਨੂੰ ਫਿਰ ਅਸੀਂ ਉਹਨੂੰ ਹੈੱਡ ਕਹਿੰਦੇ ਹੈਗੇ ਹਾਂ, ਉਹ ਰਿਪਲੇਸ ਕਰ ਦਿੰਦੇ ਹੈਗੇ ਹਾਂ ਅਤੇ ਪੇਸ਼ੈਂਟ ਦਾ ਜੋੜ ਉਸ ਤਰ੍ਹਾਂ ਪਹਿਲੇ ਵਾਂਗੂ ਕੰਮ ਕਰਨਾ ਸ਼ੁਰੂ ਕਰ ਜਾਂਦਾ ਹੈਗਾ। ਇਸੇ ਤਰ੍ਹਾਂ ਜਿਹੜਾ ਮੋਢੇ ਜੋੜ ਹੁੰਦਾ ਹੈਗਾ ਉਹਦੇ ਵੀ ਕਈ ਹਿੱਸੇ ਹੁੰਦੇ ਹੈਗੇ ਨੇ, ਮੇਨਲੀ ਉਹ ਜਿਹੜੇ ਜੋੜ ਹੈਗਾ ਆ ਉਸ ਤੋਂ ਬਿਨਾਂ ਇਸ ਨੂੰ ਜੋੜ ਨੂੰ ਕੰਮ ਕਰਨ ਵਾਸਤੇ ਇੱਕ ਮਸਲਸ ਦੀਆਂ ਟੈਂਡਨਸ ਆਉਂਦੇ ਹੈਗੇ ਨੇ ਜੋ ਕਿ ਜੋੜ ਨੂੰ ਉੱਪਰ ਨੀਚੇ ਹਿਲਾਉਂਦੇ ਹੈਗੇ ਨੇ। ਖਿਡਾਰੀਆਂ ਵਿੱਚ ਖਾਸ ਕਰਕੇ ਜੋ ਬੋਲਿੰਗ ਕਰਦੇ ਨੇ ਜਾਂ ਕਬੱਡੀ ਖੇਡਦੇ ਹੈਗੇ ਨੇ, ਸੱਟ ਕਰਕੇ ਉਹ ਲਿਗਾਮੈਂਟ ਟੀਅਰ ਹੋ ਜਾਂਦੇ ਹੈਗੇ ਨੇ, ਇਹਨਾਂ ਦੀ ਰਿਪੇਅਰ ਵੀ ਅਸੀਂ ਇਸ ਕੈਂਪ ਵਿੱਚ ਕਰ ਰਹੇ ਹੈਗੇ ਹਾਂ, ਜਿਹੜੀ ਕਿ ਜਿਸ ਦਾ ਬਹੁਤ ਫਾਇਦਾ ਹੁੰਦਾ ਹੈਗਾ ਆ ਅਤੇ ਖਿਡਾਰੀ ਦੁਆਰਾ ਆਪਣੀ ਖੇਡ ਖੇਡ ਸਕਦੇ ਹੈਗੇ ਨੇ। ਅਤੇ ਦੋਸਤੋ, ਇਹ ਸਭ ਚੀਜ਼ਾਂ ਨਵੀਆਂ ਹੈਗੀਆਂ ਨੇ, ਇਹ ਕਿਸੇ ਵੀ ਮਰੀਜ਼ ਨੂੰ ਆਪਣੀ ਬਿਮਾਰੀ ਕਰਕੇ ਜੋੜ ਦੀ ਲੋੜ, ਜੋੜ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਹੈਗੀ, ਜਿੱਥੇ ਜਿੱਥੇ ਚੀਜ਼ ਦੀ ਬਿਮਾਰੀ ਹੈਗੀ ਉਹਦਾ ਇਲਾਜ ਕਰਨਾ ਚਾਹੀਦਾ ਹੈਗਾ ਆ। ਅਸੀਂ ਇਸ ਕੈਂਪ ਵਿੱਚ ਕਾਫੀ ਹੱਦ ਤੱਕ ਆਪਣੇ ਖਰਚੇ ਘਟਾ ਦਿੱਤੇ ਹੈਗੇ ਨੇ, ਆਲਮੋਸਟ ਜੋ ਸਾਡਾ ਖਰਚਾ ਹੁੰਦਾ ਹੈ ਅਸੀਂ ਉਹੀ ਲੈ ਰਹੇ ਹਾਂ ਪੇਸ਼ੈਂਟਸ ਤੋਂ, ਅਤੇ ਉਹਦੇ ਵਿੱਚ ਪੇਸ਼ੈਂਟਸ ਨੂੰ ਜਿਹੜੇ ਲੋਕ ਨਹੀਂ ਅਫੋਰਡ ਕਰ ਸਕਦੇ ਹੈਗੇ ਉਹਨਾਂ ਕਾਫੀ ਫਾਇਦਾ ਹੋਊਗਾ ਇਸ ਵਿੱਚ। ਇਹ ਜੋ ਕੈਂਪ ਅਸੀਂ ਲਾਇਆ ਹੈਗਾ ਇਹ 13 ਨਵੰਬਰ ਤੋਂ 13 ਦਸੰਬਰ ਤੱਕ ਲਾਇਆ ਹੈਗਾ ਆ, ਸਵੇਰੇ 10 ਵਜੇ ਤੋਂ 2 ਵਜੇ ਤੱਕ ਜਿਹੜੇ ਪੇਸ਼ੈਂਟ ਆਉਣਗੇ ਉਹਨਾਂ ਦੀ ਜਿਹੜਾ ਹੈਗਾ ਚੈੱਕਅਪ ਹੈਗਾ ਉਹ ਅਸੀਂ ਬਿਲਕੁਲ ਫ੍ਰੀ ਕਰ ਦਿੱਤਾ ਹੈਗਾ ਆ, ਅਤੇ ਜੋ ਇਨਵੈਸਟੀਗੇਸ਼ਨਸ ਹੈਗੀਆਂ ਸਾਰੀਆਂ ਉਹ ਡਿਸਕਾਊਂਟ ਰੇਟ 'ਤੇ ਅਸੀਂ ਕਰ ਦਿੱਤੀਆਂ ਹੈਗੀਆਂ ਨੇ, ਜੋ ਓਪਰੇਸ਼ਨ ਵੀ ਹੋ ਰਹੇ ਹੈਗੇ ਨੇ ਉਹ ਡਿਸਕਾਊਂਟ ਰੇਟ 'ਤੇ ਹੀ ਹੋ ਰਹੇ ਹੈਗੇ ਨੇ। ਅਤੇ ਜਿਹੜਾ ਵੀ ਇੱਕ ਗੱਲ ਮੈਂ ਹੋਰ ਦੱਸਣਾ ਚਾਹਾਂਗਾ ਕਿ ਇਹ ਜੇ ਅੱਛੇ ਜੋੜ ਹੈਗੇ ਨੇ, ਇਹ ਪਾਉਣ ਨਾਲ ਮਰੀਜ਼ ਨੂੰ ਆਲਮੋਸਟ 15-20 ਸਾਲ ਤੱਕ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਹੈਗੀ, ਜੇ ਥੋੜ੍ਹੀ ਹੋਰ ਸੰਭਾਲ ਕਰੀਏ ਤਾਂ ਇਹ ਉਸ ਤੋਂ ਜ਼ਿਆਦਾ ਵੀ ਟਾਈਮ ਕੱਢ ਜਾਂਦੇ ਹੈਗੇ ਨੇ। ਠੀਕ ਹੈ, ਮੁੜ ਜਾਓ ਬੱਚੇ ਨੂੰ। ਬਹੁਤ ਵਧੀਆ, ਦੂਜੀ ਵਾਲੀ ਵੀ ਕਰੋ, ਇਹਨੂੰ ਥੱਲੇ ਲੈ ਲਓ। ਹਾਂ, ਗੋਡੇ ਸਿੱਧੇ ਕਰੋ ਬਾਪੂ ਜੀ।
ਦੂਜਾ ਵੀ ਸਿੱਧਾ ਕਰੋ, ਠੀਕ ਹੈ, ਕੁਰਸੀ ਤੋਂ ਉੱਠ ਕੇ ਦਿਖਾਓ, ਠੀਕ, ਵਾਪਸ ਆਓ ਜੀ, ਉੱਥੇ ਬਹਿ ਜਾਓ, ਉੱਥੇ ਬਹਿ ਜਾਓ, ਹਾਂਜੀ। Mind. Implants made from this exclusive material offer the biocompatibility, durability, strength, and corrosion resistance that today's Hakan. Oxinium implants are designed to be more durable than devices made of conventional metallic materials. Like your natural joints, knee and hip implants can wear down over time. Because of its hard ceramic surface, this concern is greatly reduced with Oxinium implants. Plus, this unique material resists roughening and maintains its smooth surface better than other materials. Its lower coefficient of friction indicates Oxinium is less likely to wear down the plastic components. Moreover, likely due to this, Oxinium alloy has been shown to lead to a more rapid recovery of flexion on a daily basis for patients. Next, Oxinium implants are strong. As two of the largest joints in the body, our knees and hips are subjected to tremendous pressures even during routine, everyday activities. For example, the weight pressing against these joints during a simple walk can be 5 to 6 times your natural body weight. Because Oxinium implants are metal, they can easily withstand forces far greater than these.